ਫਾਜ਼ਿਲਕਾ ਦੇ ਨਜ਼ਦੀਕ ਪੈਂਦੇ ਪਿੰਡ ਘੁੜੰਮੀ 'ਚ ਦੂਸ਼ਿਤ ਪਾਣੀ ਦੀ ਸਮੱਸਿਆ ਸਥਾਨਕ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਪਿੰਡ ਦਾ ਪਾਣੀ ਦੂਸ਼ਿਤ ਹੋਣ ਕਾਰਨ ਪਾਣੀ ਪੀਣ ਯੋਗ ਨਹੀਂ ਰਿਹਾ, ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਦੂਰ 'ਤੇ ਹੀ ਇੱਕ ਡਰੇਨ ਵਿੱਚ ਦੂਸ਼ਿਤ ਪਾਣੀ ਖੜ੍ਹਾ ਰਹਿਣ ਕਾਰਨ ਜ਼ਮੀਨ ਦਾ ਹੇਠਲਾ ਪਾਣੀ ਵੀ ਦੂਸ਼ਿਤ ਹੋ ਗਿਆ। ਦੂਸ਼ਿਤ ਪਾਣੀ ਦੀ ਇਸ ਸਮੱਸਿਆ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੇ ਸੈਂਪਲ ਲੈਣ ਦੇ ਉਦੇਸ਼ ਦਿੱਤੇ ਗਏ ਨੇ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ। ਲੋਕ ਜ਼ਿਆਦਾ ਬਿਮਾਰ ਹੋ ਚੁੱਕੇ ਨੇ, ਕਿਸੇ ਨੂੰ ਚਮੜੀ ਦਾ ਰੋਗ ਹੈ ਜੀ, ਕਿਸੇ ਨੂੰ ਗੁਰਦਿਆਂ ਦਾ ਰੋਗ ਹੋ ਗਿਆ, ਇਹ ਦੋ ਘਰ ਕੈਂਸਰ ਦੇ ਰੋਗ ਨਾਲ ਵੀ ਮਰ ਚੁੱਕੇ ਜੀ ਸਾਡੇ ਪਿੰਡੋਂ। ਉੱਥੇ ਪਾਣੀ ਇੰਨਾ ਗੰਦਾ ਹੋ ਗਿਆ ਜੀ, ਹਜ਼ਾਰਾਂ ਦੀ ਗਿਣਤੀ 'ਚ ਮੱਛੀ ਮਰ ਚੁੱਕੀ ਜੀ ਇੱਥੋਂ ਦੀ, ਜਿਹੜੀ ਮੱਛੀ ਮਰ ਚੁੱਕੀ ਆ ਇੱਥੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਜੀ। ਅਸੀਂ 2-4 ਵਾਰੀ ਪ੍ਰਸ਼ਾਸਨ ਕੋਲ ਗਏ ਜੀ, ਅਸੀਂ ਲਿਖਤੀ ਰੂਪ 'ਚ ਨਹੀਂ ਗਏ, DC ਕੋਲ ਗਏ ਜੀ, ਅਤੇ ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ ਕਿਸੇ ਤਰ੍ਹਾਂ ਵੀ। ਇਹ ਕਹਿੰਦੇ ਜੀ ਅਸੀਂ ਤੁਹਾਡਾ ਮਸਲਾ ਹੱਲ ਕਰ ਦਿਆਂਗੇ, ਅੱਜ ਵੀ ਕਰਦੇ ਹਾਂ, 14-15 ਸਾਲ ਹੋ ਗਏ ਸਾਨੂੰ ਜਾਂਦਿਆਂ ਨੂੰ, ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਜੀ। ਪਾਣੀ ਮਾੜਾ, ਮੱਛੀਆਂ ਮਰ ਗਈਆਂ, ਪਾਣੀ ਫਾਇਲ ਕਾਲਾ ਸੀਵਰੇਜ ਦਾ ਜਿਹੜਾ ਜਮ੍ਹਾਂ ਗੰਦਾ ਪਾਣੀ, ਉਹਦੇ ਨਾਲ ਹੀ ਮੱਛੀਆਂ ਮਰੀਆਂ ਨੇ। ਪਾਕਿਸਤਾਨ ਅੱਗੋਂ ਬੰਦ ਕਰ ਦਿੰਦਾ ਪਾਣੀ, ਅੱਗੇ ਲੰਘਦਾ ਸੀਗਾ ਉਹ ਬੰਦ ਕਰ ਦਿੰਦਾ, ਜਦੋਂ ਦਰਿਆ ਚੜ੍ਹਦਾ ਉਹਨਾਂ ਨੂੰ ਆ ਜਾਂਦਾ ਸੀ, ਨਹੀਂ ਤਾਂ ਭਰਾ ਜਾਂਦਾ ਸੀ ਪਾਣੀ। ਹੁਣ ਇਸ ਕਾਰਨ ਮੱਛੀਆਂ ਮਰ ਚੁੱਕੀਆਂ ਨੇ, ਦੂਸ਼ਿਤ ਪਾਣੀ ਹੋ ਗਿਆ, ਪੀਣ ਵਾਲਾ ਪੀਣ ਯੋਗ ਨਹੀਂ ਰਹਿ ਗਿਆ ਪਾਣੀ। ਪਾਣੀ ਲਾਹਮੋ ਲਿਆਉਣਾ ਜੀ, 2 ਕਿਲੋਮੀਟਰ ਤੋਂ ਪਾਣੀ ਪੀਣ ਵਾਲੇ ਲਿਆ ਰਹੇ ਤੇ ਮੈਂ ਆਪ ਸਿਰ ਖੁਦ ਲਿਆਉਣਾ ਜੀ। ਸਾਡੇ ਨਾ ਕੋਈ RO ਸਿਸਟਮ ਇੱਥੇ, ਨਾ ਕੁਝ ਕੁਝ ਹੈ ਨਹੀਂ ਜੀ, ਬਹੁਤ ਮਾੜੇ ਨੇ ਪਾਣੀ ਵੱਲੋਂ ਤਾਂ। ਦੇਖੋ ਇਹ ਬਹੁਤ ਸੈਂਸਿਟਿਵ ਮੈਟਰ ਹੈ, ਔਰ ਇਹਦੀ ਸੈਂਸਿਟਿਵਿਟੀ ਨੂੰ ਸਮਝਦੇ ਹੋਏ ਸਭ ਤੋਂ ਪਹਿਲਾਂ ਤਾਂ ਦੇਖ, ਮੈਂ ਜ਼ੀ ਪੰਜਾਬ ਹਰਿਆਣਾ ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਪਬਲਿਕ ਦਾ ਮੁੱਦਾ ਔਰ ਉਹਨਾਂ ਨੇ ਬੜੇ ਵਧੀਆ ਲੈਵਲ 'ਤੇ ਇਹਨੂੰ ਚੱਕਿਆ। ਔਰ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ, ਕਾਂਗਰਸ ਦੀ ਸਰਕਾਰ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਇਸ ਸੈਂਸਿਟਿਵਿਟੀ ਨੂੰ ਸਮਝਦੇ ਹੋਏ, ਕਿਉਂਕਿ ਪਾਣੀ ਜਿਹੜਾ ਹੈ ਇਹ ਲੋਕਾਂ ਦੀ ਸਿਹਤ ਨਾਲ ਅਤੇ ਲੋਕਾਂ ਦੇ ਸਾਰੇ ਵਿਹਾਰ ਨਾਲ ਇਹ ਡਿਪੈਂਡ ਕਰਦਾ, ਇਹਦਾ ਸਾਰਾ ਇਹ ਕੋਰਿਲੇਟਡ ਹੈ। ਔਰ ਕੱਲ੍ਹ ਗ੍ਰੀਵੀਅੰਸ ਕਮੇਟੀ ਦੀ ਮੀਟਿੰਗ, ਜਿਹਨੂੰ ਚੇਅਰ ਸਾਡੇ ਕੈਬਨਿਟ ਮਿਨਿਸਟਰ ਬਲਬੀਰ ਸਿੱਧੂ ਜੀ ਨੇ ਕੀਤਾ ਸੀ, ਉਹਦੇ ਵਿੱਚ ਵੀ ਇਸ਼ੂ ਡਿਸਕਸ ਹੋਇਆ। ਬਕਾਇਦਾ ਇੱਕ DC ਫਾਜ਼ਿਲਕਾ ਦੇ ਅੰਡਰ ਇੱਕ ਕਮੇਟੀ ਬਣ ਗਈ, ਇੱਕ ਮੋਨੀਟਰਿੰਗ ਕਮੇਟੀ, ਜਿਹੜੀ ਇਹਨੂੰ ਸਾਰੇ ਨੂੰ ਵਾਚ ਕਰਕੇ ਸਾਰੇ ਡਿਪਾਰਟਮੈਂਟ, ਇਹਦੇ 'ਚ 5-6 ਡਿਪਾਰਟਮੈਂਟ ਜਿਹੜੇ ਨੇ ਇਹਦੇ 'ਚ ਇਨਵੋਲਵ ਹੁੰਦੇ ਨੇ, ਉਹਨਾਂ ਸਾਰਿਆਂ ਦੀ ਰਿਪੋਰਟ ਲੈ ਕੇ ਇਮੀਜੀਏਟ ਜਿਹੜਾ ਐਕਸ਼ਨ ਔਰ ਪ੍ਰੀਕੋਸ਼ਨਰੀ ਮੈਜ਼ਰ ਬਹੁਤ ਜਲਦ ਲੈ ਜਾਣਗੇ, ਔਰ ਇਸ ਸਾਰੀ ਚੀਜ਼ ਨੂੰ ਕਵਰ ਅਪ ਕੀਤਾ ਜਾਏ। ਜਿਹੜਾ ਪ੍ਰਸ਼ਾਸਨ ਇਹਦੇ ਵਾਸਤੇ ਐਕਟਿਵ ਹੈ ਜੀ, ਔਰ ਪ੍ਰਸ਼ਾਸਨ ਜਿਹੜਾ ਹੈ ਉਹ ਜਾ ਕੇ ਲੋਕਾਂ ਦੀ ਸਾਰ ਲਵੇਗਾ, ਇਮੀਜੀਏਟ ਇਹਦਾ ਇਹਨੂੰ ਕਵਰ ਕੀਤਾ ਜਾਵੇਗਾ, ਉੱਥੇ ਦੇਖਿਆ ਜਾਵੇਗਾ। ਜਿਹੜੀ ਮੌਕੇ ਦੀ ਮੁਸ਼ਕਿਲ ਹੱਲ ਕਰਨ ਵਾਲੀ ਹੈ ਉਹ ਮੌਕੇ 'ਤੇ ਕੀਤੀ ਜਾਵੇਗੀ। ਜਿਹੜਾ ਡਿਊ ਪ੍ਰੋਸੈਸ ਵਾਲੀ ਚੀਜ਼ ਹੈ, ਜੋ ਵਕਤ ਜਿਸ ਚੀਜ਼ ਨੂੰ ਠੀਕ ਕਰਨ 'ਤੇ ਲੱਗਣਾ ਉਹ ਤਾਂ ਲੱਗਣਾ ਹੀ ਲੱਗਣਾ ਜੀ, ਲੇਕਿਨ ਜੋ ਮੌਕੇ ਦੇ ਹਾਲਾਤ ਨੂੰ ਸੁਧਾਰਨ ਵਾਸਤੇ ਹੈ, ਉਹ ਪ੍ਰਸ਼ਾਸਨ ਜਿਵੇਂ ਤੁਸੀਂ ਗੱਲ ਕਰਦੇ ਪਏ ਹੋ, ਇਮੀਜੀਏਟ ਇੱਕ ਅੱਧੇ ਦਿਨ ਦੇ ਵਿੱਚ ਹੀ ਇਹਨੂੰ ਕਵਰ ਅਪ ਕਰਕੇ ਔਰ ਇਹਨੂੰ ਠੀਕ ਕੀਤਾ ਜਾਵੇਗਾ, ਜੋ ਮੌਕੇ ਦੇ ਹਾਲਾਤ ਲੋਕਾਂ ਨੂੰ ਠੀਕ ਸਹੂਲਤਾਂ ਚਾਹੀਦੀਆਂ। ਇਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਹੜੇ ਐਡਜੋਇਨਿੰਗ 5 ਡਿਸਟ੍ਰਿਕਟ ਨੇ, ਮੁਕਤਸਰ ਸਾਹਿਬ ਹੋ ਗਏ, ਮੋਗਾ ਹੋ ਗਿਆ, ਬਠਿੰਡਾ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਇਹਨਾਂ ਸਾਰੇ ਸ਼ਹਿਰਾਂ ਦਾ ਪਾਣੀ ਜਿਹੜਾ ਹੈ, ਚਾਹੇ ਉਹ ਸ਼ਹਿਰ ਦਾ ਚਾਹੇ ਉਹ ਸੇਮ ਦਾ ਪਾਣੀ ਹੈ, ਉਹ ਕਿਉਂਕਿ ਢਲਾਣ ਸਾਰੀ ਜਿਹੜੀ ਹੈ ਫਾਜ਼ਿਲਕਾ ਸਾਈਡ ਦੇ ਉੱਤੇ ਹੈ, ਨੈਚੁਰਲ ਜਿਹੜੀ ਢਲਾਣ ਹੈ ਪਾਣੀ ਦੀ, ਉਹ ਇਸ ਸਾਡੀ ਜਿਹੜੀ ਡਿੱਚ ਡਰੇਨ ਹੈ, ਇਹ ਇੱਕ ਅਜਿਹੀ ਡਰੇਨ ਹੈ ਜਿਹਦੇ 'ਚ ਸਾਰਾ ਜ਼ਿਲ੍ਹਿਆਂ ਦਾ ਪਾਣੀ ਜਿਹੜਾ, ਚਾਹੇ ਮਿਊਂਸਪਲ ਕਮੇਟੀ ਦਾ, ਚਾਹੇ ਉਹ ਬਾਰਿਸ਼ ਦਾ, ਚਾਹੇ ਉਹ ਲੋਕਾਂ ਦੇ ਸੀਵਰੇਜ ਦਾ, ਸਾਰਾ ਪਾਣੀ ਇਕੱਠਾ ਹੋ ਕੇ ਇਸ ਡਿੱਚ ਡਰੇਨ ਦੇ ਵਿੱਚ ਪੈਂਦਾ ਹੈ, ਅਤੇ ਇਹ ਡਿੱਚ ਡਰੇਨ ਘੁੰਮ ਕੇ ਪਾਕਿਸਤਾਨ ਦੇ ਵਿੱਚ ਹੁੰਦੀ ਹੋਈ ਜਿਹੜੀ ਸਤਲੁਜ ਦਾ ਕ੍ਰੀਕ ਹੈ, ਜਿਹੜਾ ਅਲਟੀਮੇਟ ਪਾਕਿਸਤਾਨ ਜਾਂਦਾ ਪਾਣੀ, ਉਹਦੇ 'ਚ ਆਊਟਫਾਲ ਕਰਦੀ ਹੈ। ਅਤੇ ਮੈਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਹਦਾਇਤਾਂ ਕੀਤੀਆਂ ਨੇ ਕਿ ਉਹ ਇਹਨਾਂ ਸਾਰੇ ਪਾਣੀ ਦੇ ਸੈਂਪਲ, ਅਸੀਂ ਆਈਡੈਂਟੀਫਾਈ ਕੀਤੇ ਆ ਸਪੋਟ, ਉੱਥੋਂ ਸੈਂਪਲ ਲੈ ਕੇ ਥਾਪਰ ਯੂਨੀਵਰਸਿਟੀ ਪਟਿਆਲੇ ਤੋਂ ਐਗਜ਼ਾਮਿਨ ਕਰਾਉਣਗੇ। ਐਗਜ਼ਾਮੀਨੇਸ਼ਨ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਕਿ ਇਹ ਪਾਣੀ ਦੇ ਵਿੱਚ ਕੀ ਨੁਕਸ ਹੈ, ਕੀ ਇਹਦਾ ਇਲਾਜ ਹੈ, ਅਤੇ ਫਿਰ ਅਸੀਂ ਜਿਹੜੀ ਇਹ ਰਿਪੋਰਟ ਹੈ ਸਟੇਟ ਗੌਰਮੈਂਟ ਨੂੰ ਸਬਮਿਟ ਕਰਾਂਗੇ, ਅਤੇ ਸਟੇਟ ਗੌਰਮੈਂਟ ਦੇ ਰਾਹੀਂ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹ ਜਿਹੜੀ ਰਿਪੋਰਟ ਹੈ ਸਬਮਿਟ ਕਰਾਂਗੇ। ਬੇਸਿਕਲੀ ਇਸ ਪਾਣੀ ਦੀ ਡਿਸਪੋਜ਼ਲ ਦਾ ਮੇਜਰ ਇਸ਼ੂ ਹੈ। ਜੇ ਪਾਣੀ ਪਿੱਛੋਂ ਟ੍ਰੀਟ ਹੋ ਜਾਏਗਾ ਤਾਂ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੇ ਇਸ ਡਰੇਨ ਦੇ ਵਿੱਚੋਂ ਪਾਣੀ ਆਪਣੇ ਆਪ ਲਿਫਟ ਪੰਪ ਲਾ ਕੇ ਚੱਕ ਲੈਣਾ, ਅਤੇ ਇਹਦੀ ਜਿਹੜੀ ਅਰਾਈਵਲ ਹੈ, ਜਿਹੜੀ ਇਹਦੀ ਕੁਆਂਟਮ ਆਫ ਵਾਟਰ ਹੈ ਜਿਹੜਾ ਸਾਡੇ ਫਾਜ਼ਿਲਕਾ ਆਉਂਦਾ, ਇਹ ਬਹੁਤ ਘੱਟ ਜਾਏਗਾ, ਅਤੇ ਸਮੱਸਿਆ ਜਿਹੜੀ ਹੈ ਮੈਂ ਸਮਝਦਾ ਕਾਫੀ ਹੱਦ ਤੱਕ ਸੌਖੀ ਹੋ ਜਾਏਗੀ। ਅਤੇ ਮੰਗਲ ਬੁੱਧਵਾਰ ਲੈ ਕੇ ਹਫ਼ਤਾ 10 ਦਿਨ ਇਹਨੂੰ ਟੈਸਟਿੰਗ ਨੂੰ ਲੱਗ ਜਾਂਦੇ ਆ, ਉਹ ਟੈਸਟਿੰਗ ਦੀ ਰਿਪੋਰਟ ਜਦੋਂ ਆਊਗੀ ਥਾਪਰ ਤੋਂ, ਉਹਨੂੰ ਫਿਰ ਅਸੀਂ ਐਗਜ਼ਾਮਿਨ ਕਰਾਂਗੇ ਵੀ ਕਿਹੜੀ ਚੀਜ਼ ਕਿਸ ਤਰੀਕੇ ਦੀ ਹੈ, ਕਿ ਕੋਈ ਫੈਕਟਰੀਆਂ ਦਾ ਪਾਣੀ ਹੈ ਜਾਂ ਕੋਈ ਇਹ ਅਨਟ੍ਰੀਟਡ ਸੀਵਰੇਜ ਵਾਟਰ ਹੈ, ਉਸ ਤਰੀਕੇ ਦੇ ਨਾਲ ਫਿਰ ਅਸੀਂ ਸਾਰਾ ਇਹਦਾ ਜਿਹੜਾ ਐਕਸ਼ਨ ਪਲੈਨ ਬਣਾਵਾਂਗੇ।